ਇੱਕ ਕਾਰ ਦੇ ਵਿੱਚ ਤਿੰਨ ਵਿਅਕਤੀ ਜਿਉਂਦੇ ਹੀ ਸੜ ਗਏ ਨੇ ਤਾਂ ਦੱਸ ਦਈਏ ਕਿ ਇੱਕ ਕਾਰ ਦੇ ਵਿੱਚ ਸਵਾਰ ਹੋ ਕੇ ਇਹ ਸਾਰੇ ਜਾ ਰਹੇ ਸੀ ਤੇ ਅੱਗੇ ਜਾ ਰਹੇ ਇੱਕ ਟਰੱਕ ਨੂੰ ਪਿੱਛੋਂ ਜਾ ਕੇ ਕਾਰ ਟੱਕਰ ਮਾਰਦੀ ਹੈ, ਜਿਸ ਤੋਂ ਬਾਅਦ ਕਾਰ ਦੇ ਵਿੱਚ ਭਿਆਨਕ ਅੱਗ ਲੱਗ ਜਾਂਦੀ ਹੈ। ਹਾਲਾਂਕਿ ਇਸ ਕਾਰ ਦੇ ਵਿੱਚ ਚਾਰ ਵਿਅਕਤੀ ਸਵਾਰ ਦੱਸੇ ਜਾ ਰਹੇ ਨੇ, ਜਿਨ੍ਹਾਂ ਦੇ ਵਿੱਚੋਂ ਤਿੰਨ ਦੀ ਮੌਕੇ 'ਤੇ ਹੀ ਮੌਤ ਹੋ ਗਈ ਹੈ। ਕਾਰ ਦੇ ਵਿੱਚ ਭਿਆਨਕ ਅੱਗ ਲੱਗ ਜਾਂਦੀ ਹੈ, ਜਿਸ ਤੋਂ ਬਾਅਦ ਇਹ ਬਾਹਰ ਨਹੀਂ ਨਿਕਲ ਪਾਉਂਦੇ। ਹਾਲਾਂਕਿ ਇੱਕ ਵਿਅਕਤੀ ਜੋ ਕਿ ਗੰਭੀਰ ਹਾਲਤ ਦੇ ਵਿੱਚ ਉਸਨੂੰ ਹਸਪਤਾਲ ਦਾਖਲ ਕਰਵਾਇਆ, ਉੱਥੇ ਉਸਦਾ ਇਲਾਜ ਚੱਲ ਰਿਹਾ। ਕਿਹਾ ਜਾ ਰਿਹਾ ਕਿ ਉਹ ਵੀ ਬੁਰੇ ਤਰੀਕੇ ਦੇ ਨਾਲ ਝੁਲਸਿਆ। ਤਾਂ ਦੱਸ ਦਈਏ ਕਿ ਭਿਆਨਕ ਸੜਕ ਹਾਦਸੇ ਦੇ ਵਿੱਚ ਤਿੰਨ ਲੋਕਾਂ ਦੀ ਜਾਨ ਚਲੀ ਗਈ ਹੈ। ਅੱਗੇ ਜਾ ਰਹੇ ਟਰੱਕ ਨੂੰ ਇੱਕ ਕਾਰ ਦੇ ਵੱਲੋਂ ਟੱਕਰ ਮਾਰ ਦਿੱਤੀ ਜਾਂਦੀ ਹੈ ਤੇ ਕਾਰ ਦੇ ਵਿੱਚ ਅਚਾਨਕ ਅੱਗ ਲੱਗ ਜਾਂਦੀ ਹੈ। ਹਾਲਾਂਕਿ ਸਵਿਫਟ ਗੱਡੀ ਇਹ ਦੱਸੀ ਜਾ ਰਹੀ ਹੈ ਜਿਸ ਦੇ ਵਿੱਚ ਅੱਗ ਲੱਗੀ ਹੈ। ਹਾਲਾਂਕਿ ਮੌਕੇ 'ਤੇ ਪੁਲਿਸ ਪਹੁੰਚੀ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਤਾਂ ਕੁਰੂਕਸ਼ੇਤਰ ਦੇ ਵਿੱਚ ਇਹ ਭਿਆਨਕ ਸੜਕ ਹਾਦਸਾ ਵਾਪਰਿਆ। ਜਾਣਕਾਰੀ ਅਨੁਸਾਰ ਜੋ ਕਾਰ ਸਵਾਰ ਸੀ ਉਹ ਝੱਜਰ ਤੋਂ ਚੰਡੀਗੜ੍ਹ ਦੇ ਵੱਲ ਰਵਾਨਾ ਹੋਏ ਸੀ, ਪਰ ਰਸਤੇ ਦੇ ਵਿੱਚ ਅੱਗੇ ਜਾ ਰਹੇ ਟਰੱਕ ਨੂੰ ਇਹਨਾਂ ਦੀ ਕਾਰ ਪਿੱਛੋਂ ਟੱਕਰ ਮਾਰ ਦਿੰਦੀ ਹੈ, ਜਿਸ ਤੋਂ ਬਾਅਦ ਕਾਰ ਦੇ ਵਿੱਚ ਭਿਆਨਕ ਅੱਗ ਲੱਗ ਜਾਂਦੀ ਹੈ ਅਤੇ ਅੱਗ ਲੱਗਣ ਦੇ ਨਾਲ ਤਿੰਨ ਵਿਅਕਤੀ ਇਸ ਕਾਰ ਦੇ ਵਿੱਚ ਜਿਉਂਦੇ ਹੀ ਸੜ ਜਾਂਦੇ ਨੇ। ਫਿਲਹਾਲ ਮੌਕੇ ਦੇ ਉੱਤੇ ਪੁਲਿਸ ਪਹੁੰਚੀ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਅਤੇ ਇਹ ਹਾਦਸੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ, ਜਿਸ 'ਚ ਸਾਫ਼ ਦੇਖਿਆ ਜਾ ਸਕਦਾ ਕਿ ਜੋ ਕਾਰ ਹੈ ਉਹ ਬੁਰੇ ਤਰੀਕੇ ਦੇ ਨਾਲ ਸੜ ਕੇ ਸਵਾਹ ਹੋ ਗਈ ਹੈ ਅਤੇ ਇਸ ਦੇ ਨਾਲ ਹੀ ਹੁਣ ਟਰੱਕ ਚਾਲਕ ਦੀ ਭਾਲ ਕੀਤੀ ਜਾ ਰਹੀ ਹੈ। ਤਾਂ ਕੁਰੂਕਸ਼ੇਤਰ ਦੇ ਵਿੱਚ ਇਹ ਭਿਆਨਕ ਸੜਕ ਹਾਦਸਾ ਵਾਪਰਿਆ। ਇਹ ਇੱਕ ਸਵਿਫਟ ਗਾੜੀ ਹੈ, ਇਹ ਜੱਜਰ ਸਾਈਡ ਸੇ ਆ ਰਹੀ ਥੀ, ਚੰਡੀਗੜ੍ਹ ਸਾਈਡ ਜਾ ਰਹੀ ਥੀ, ਕਿਸੀ ਟਰਾਲੇ ਸੇ ਟਕਰਾਈ ਹੈ ਔਰ ਟਕਰਾਨੇ ਕੇ ਬਾਅਦ ਇਸਮੇ ਆਗ ਲੱਗੀ ਹੈ। ਆਗ ਲੱਗਣੇ ਸੇ ਤੀਨ ਵਿਅਕਤੀ ਇਸਮੇ ਜਲ ਗਏ ਹੈ, ਜਿਨਕੀ ਮ੍ਰਿਤਿਊ ਹੋ ਚੁੱਕੀ ਹੈ। ਇੱਕ ਵਿਅਕਤੀ ਬਚ ਗਿਆ ਹੈ, ਜਿਸਕੋ ਹੋਸਪਿਟਲ ਭੇਜ ਦਿਆ ਗਾ, ਜੋ ਅਭੀ ਸੀਰੀਅਸ ਹੈ। ਉਸੇ ਬਾਤਚੀਤ ਕਰਨ ਕੇ ਬਾਅਦ ਪਤਾ ਲੱਗੇਗਾ ਇਹ ਕਹਾਂ ਕੇ ਰਹਿਣੇ ਵਾਲੇ, ਕਹਾਂ ਕੇ, ਲੇਕਿਨ ਅਭੀ ਇਤਨਾ ਪਤਾ ਲੱਗਿਆ ਹੈ ਕਿ ਇਹ ਜੱਜਰ ਸਾਈਡ ਗਏ। ਇੱਕ ਕਾਰ ਦੇ ਵਿੱਚ ਤਿੰਨ ਵਿਅਕਤੀ ਜਿਉਂਦੇ ਹੀ ਸੜ ਗਏ ਨੇ ਤਾਂ ਦੱਸ ਦਈਏ ਕਿ ਇੱਕ ਕਾਰ ਦੇ ਵਿੱਚ ਸਵਾਰ ਹੋ ਕੇ ਇਹ ਸਾਰੇ ਜਾ ਰਹੇ ਸੀ ਤੇ ਅੱਗੇ ਜਾ ਰਹੇ ਇੱਕ ਟਰੱਕ ਨੂੰ ਪਿੱਛੋਂ ਜਾ ਕੇ ਕਾਰ ਟੱਕਰ ਮਾਰਦੀ ਹੈ, ਜਿਸ ਤੋਂ ਬਾਅਦ ਕਾਰ ਦੇ ਵਿੱਚ ਭਿਆਨਕ ਅੱਗ ਲੱਗ ਜਾਂਦੀ ਹੈ। ਹਾਲਾਂਕਿ ਇਸ ਕਾਰ ਦੇ ਵਿੱਚ ਚਾਰ ਵਿਅਕਤੀ ਸਵਾਰ ਦੱਸੇ ਜਾ ਰਹੇ ਨੇ, ਜਿਨ੍ਹਾਂ ਦੇ ਵਿੱਚੋਂ ਤਿੰਨ ਦੀ ਮੌਕੇ 'ਤੇ ਹੀ ਮੌਤ ਹੋ ਗਈ ਹੈ। ਕਾਰ ਦੇ ਵਿੱਚ ਭਿਆਨਕ ਅੱਗ ਲੱਗ ਜਾਂਦੀ ਹੈ, ਜਿਸ ਤੋਂ ਬਾਅਦ ਇਹ ਬਾਹਰ ਨਹੀਂ ਨਿਕਲ ਪਾਉਂਦੇ। ਹਾਲਾਂਕਿ ਇੱਕ ਵਿਅਕਤੀ ਜੋ ਕਿ ਗੰਭੀਰ ਹਾਲਤ ਦੇ ਵਿੱਚ ਉਸਨੂੰ ਹਸਪਤਾਲ ਦਾਖਲ ਕਰਵਾਇਆ, ਉੱਥੇ ਉਸਦਾ ਇਲਾਜ ਚੱਲ ਰਿਹਾ। ਕਿਹਾ ਜਾ ਰਿਹਾ ਕਿ ਉਹ ਵੀ ਬੁਰੇ ਤਰੀਕੇ ਦੇ ਨਾਲ ਝੁਲਸਿਆ। ਤਾਂ ਦੱਸ ਦਈਏ ਕਿ ਭਿਆਨਕ ਸੜਕ ਹਾਦਸੇ ਦੇ ਵਿੱਚ ਤਿੰਨ ਲੋਕਾਂ ਦੀ ਜਾਨ ਚਲੀ ਗਈ ਹੈ। ਅੱਗੇ ਜਾ ਰਹੇ ਟਰੱਕ ਨੂੰ ਇੱਕ ਕਾਰ ਦੇ ਵੱਲੋਂ ਟੱਕਰ ਮਾਰ ਦਿੱਤੀ ਜਾਂਦੀ ਹੈ ਤੇ ਕਾਰ ਦੇ ਵਿੱਚ ਅਚਾਨਕ ਅੱਗ ਲੱਗ ਜਾਂਦੀ ਹੈ। ਹਾਲਾਂਕਿ ਸਵਿਫਟ ਗੱਡੀ ਇਹ ਦੱਸੀ ਜਾ ਰਹੀ ਹੈ ਜਿਸ ਦੇ ਵਿੱਚ ਅੱਗ ਲੱਗੀ ਹੈ। ਹਾਲਾਂਕਿ ਮੌਕੇ 'ਤੇ ਪੁਲਿਸ ਪਹੁੰਚੀ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਤਾਂ ਕੁਰੂਕਸ਼ੇਤਰ ਦੇ ਵਿੱਚ ਇਹ ਭਿਆਨਕ ਸੜਕ ਹਾਦਸਾ ਵਾਪਰਿਆ। ਜਾਣਕਾਰੀ ਅਨੁਸਾਰ ਜੋ ਕਾਰ ਸਵਾਰ ਸੀ ਉਹ ਝੱਜਰ ਤੋਂ ਚੰਡੀਗੜ੍ਹ ਦੇ ਵੱਲ ਰਵਾਨਾ ਹੋਏ ਸੀ, ਪਰ ਰਸਤੇ ਦੇ ਵਿੱਚ ਅੱਗੇ ਜਾ ਰਹੇ ਟਰੱਕ ਨੂੰ ਇਹਨਾਂ ਦੀ ਕਾਰ ਪਿੱਛੋਂ ਟੱਕਰ ਮਾਰ ਦਿੰਦੀ ਹੈ, ਜਿਸ ਤੋਂ ਬਾਅਦ ਕਾਰ ਦੇ ਵਿੱਚ ਭਿਆਨਕ ਅੱਗ ਲੱਗ ਜਾਂਦੀ ਹੈ ਅਤੇ ਅੱਗ ਲੱਗਣ ਦੇ ਨਾਲ ਤਿੰਨ ਵਿਅਕਤੀ ਇਸ ਕਾਰ ਦੇ ਵਿੱਚ ਜਿਉਂਦੇ ਹੀ ਸੜ ਜਾਂਦੇ ਨੇ। ਫਿਲਹਾਲ ਮੌਕੇ ਦੇ ਉੱਤੇ ਪੁਲਿਸ ਪਹੁੰਚੀ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਅਤੇ ਇਹ ਹਾਦਸੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ, ਜਿਸ 'ਚ ਸਾਫ਼ ਦੇਖਿਆ ਜਾ ਸਕਦਾ ਕਿ ਜੋ ਕਾਰ ਹੈ ਉਹ ਬੁਰੇ ਤਰੀਕੇ ਦੇ ਨਾਲ ਸੜ ਕੇ ਸਵਾਹ ਹੋ ਗਈ ਹੈ ਅਤੇ ਇਸ ਦੇ ਨਾਲ ਹੀ ਹੁਣ ਟਰੱਕ ਚਾਲਕ ਦੀ ਭਾਲ ਕੀਤੀ ਜਾ ਰਹੀ ਹੈ। ਤਾਂ ਕੁਰੂਕਸ਼ੇਤਰ ਦੇ ਵਿੱਚ ਇਹ ਭਿਆਨਕ ਸੜਕ ਹਾਦਸਾ ਵਾਪਰਿਆ। ਇੱਕ ਸਵਿਫਟ ਗਾੜੀ ਹੈ, ਇਹ ਜੱਜਰ ਸਾਈਡ ਸੇ ਆ ਰਹੀ ਥੀ, ਚੰਡੀਗੜ੍ਹ ਸਾਈਡ ਜਾ ਰਹੀ ਥੀ, ਕਿਸੀ ਟਰਾਲੇ ਸੇ ਟਕਰਾਈ ਹੈ ਔਰ ਟਕਰਾਨੇ ਕੇ ਬਾਅਦ ਇਸਮੇ ਆਗ ਲੱਗੀ ਹੈ। ਆਗ ਲੱਗਣੇ ਸੇ ਤੀਨ ਵਿਅਕਤੀ ਇਸਮੇ ਜਲ ਗਏ ਹੈ, ਜਿਨਕੀ ਮ੍ਰਿਤਿਊ ਹੋ ਚੁੱਕੀ ਹੈ। ਇੱਕ ਵਿਅਕਤੀ ਬਚ ਗਿਆ ਹੈ, ਜਿਸਕੋ ਹੋਸਪਿਟਲ ਭੇਜ ਦਿਆ ਗਾ, ਜੋ ਅਭੀ ਸੀਰੀਅਸ ਹੈ। ਉਸੇ ਬਾਤਚੀਤ ਕਰਨ ਕੇ ਬਾਅਦ ਪਤਾ ਲੱਗੇਗਾ ਇਹ ਕਹਾਂ ਕੇ ਰਹਿਣੇ ਵਾਲੇ, ਕਹਾਂ ਕੇ, ਲੇਕਿਨ ਅਭੀ ਇਤਨਾ ਪਤਾ ਲੱਗਿਆ ਹੈ
कि ये जज्जर साइड गए।